ਅੱਜ ਦੀ ਵੀਡੀਓ ਵਿੱਚ ਆਪਾਂ ਸੋਲਵ ਕਰਨ ਜਾ ਰਹੇ ਹਾਂ ਐਕਸਰਸਾਈਜ਼ 6.3 ਦਾ ਕੁਐਸਚਨ ਨੰਬਰ 2nd ਤੇ ਕੁਐਸਚਨ ਦੀ ਸਟੇਟਮੈਂਟ ਇਸ ਤਰ੍ਹਾਂ ਹੈ ਵਿਦਆਊਟ ਡੂਇੰਗ ਐਨੀ ਕੈਲਕੂਲੇਸ਼ਨ ਫਾਈਂਡ ਦਾ ਨੰਬਰਸ ਵਿਚ ਆਰ ਸ਼ਿਓਰਲੀ ਨੋਟ ਪਰਫੈਕਟ ਸਕੁਅਰਸ ਤੇ ਇਸ ਦੇ ਆਪਣੇ ਕੋਲ ਟੋਟਲ 4 ਪਾਰਟ ਹਨ ਇਹ 4 ਪਾਰਟ ਦੇ ਵਿੱਚ ਜੋ ਆਪਾਂ ਨੂੰ ਨੰਬਰਸ ਦਿੱਤੇ ਹਨ ਆਪਾਂ ਕੋਈ ਕੈਲਕੂਲੇਸ਼ਨ ਨਹੀਂ ਕਰਨੀ ਹੈ ਵਿਦਆਊਟ ਐਨੀ ਕੈਲਕੂਲੇਸ਼ਨ ਆਪਾਂ ਚੈੱਕ ਕਰਨਾ ਹੈ ਕਿ ਕੀ ਇਹ ਨੰਬਰ ਪਰਫੈਕਟ ਸਕੁਅਰ ਹਨ ਜਾਂ ਨਹੀਂ ਹਨ ਤੇ ਆਹ ਹੁਣ ਉਹ ਸਟੇਟਮੈਂਟ ਨੂੰ ਪਹਿਲਾਂ ਪੰਜਾਬੀ ਵਿੱਚ ਰੀਡ ਕਰਦੇ ਹਾਂ ਤੇ ਫਿਰ ਇਸ ਕੁਐਸਚਨ ਨੂੰ ਆਪਾਂ ਸੋਲਵ ਕਰਾਂਗੇ ਪੰਜਾਬੀ ਵਿੱਚ ਸਟੇਟਮੈਂਟ ਇਸ ਤਰ੍ਹਾਂ ਹੈ ਜੀ ਬਿਨਾਂ ਗਣਨਾ ਕੀਤੇ ਉਹ ਸੰਖਿਆ ਦੱਸੋ ਜੋ ਕਿ ਪੂਰਨ ਵਰਗ ਨਹੀਂ ਹੋ ਸਕਦੀ ਤੇ ਇਹ 4 ਆਪਣੇ ਕੋਲ ਸੰਖਿਆਵਾਂ ਲਿਖੀਆਂ ਹਨ ਇਹਨਾਂ 4 ਦੇ ਵਿੱਚੋਂ ਕੋਈ ਵੀ ਆਪਾਂ ਕੈਲਕੂਲੇਸ਼ਨ ਨਹੀਂ ਕਰਨੀ ਕੋਈ ਗਣਨਾ ਨਹੀਂ ਕਰਨੀ ਤੇ ਗਣਨਾ ਕੀਤੇ ਬਿਨਾਂ ਆਪਾਂ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਸੰਖਿਆ ਪੂਰਨ ਵਰਗ ਹੈ ਤੇ ਕਿਹੜੀ ਸੰਖਿਆ ਪੂਰਨ ਵਰਗ ਨਹੀਂ ਹੋ ਸਕਦੀ ਤੇ ਆਓ ਦੇਖਦੇ ਹਾਂ ਕਿ ਇਸ ਕੁਐਸਚਨ ਨੂੰ ਆਪਾਂ ਕਿਸ ਤਰ੍ਹਾਂ ਈਜ਼ੀ ਵੇ ਨਾਲ ਸੋਲਵ ਕਰ ਸਕਦੇ ਹਾਂ ਜੀ ਸੁਣੋ ਆਪ ਕੁਐਸਚਨ ਨੂੰ ਸਟਾਰਟ ਕਰਦੇ ਹਾਂ ਤੇ ਇਸ ਕੁਐਸਚਨ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਜੋ ਟੌਪਿਕ ਹੈ ਕਨਸੈਪਟ ਹੈ ਉਹ ਪਤਾ ਹੋਣਾ ਚਾਹੀਦਾ ਹੈ ਕਿ ਪਰਫੈਕਟ ਸਕੁਅਰ ਨੰਬਰ ਜਾਂ ਪੂਰਨ ਵਰਗ ਸੰਖਿਆਵਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਹਨ ਅਗਰ ਕੋਈ ਵੀ ਆਪਣੇ ਕੋਲ ਨੰਬਰ ਹੈ ਤੇ ਉਸ ਨੰਬਰ ਦੀ ਆਪਾਂ ਜੋ ਪਾਵਰ ਹੈ 2 ਕਰ ਦਿੰਦੇ ਹਾਂ ਮਤਲਬ ਉਸ ਨੰਬਰ ਨੂੰ ਉਸ ਨੰਬਰ ਦੇ ਨਾਲ ਆਪਾਂ ਮਲਟੀਪਲਾਈ ਕਰ ਦਿੰਦੇ ਹਾਂ ਤੇ ਜੋ ਨਵਾਂ ਨੰਬਰ ਆਪਣੇ ਕੋਲ ਆਉਂਦਾ ਹੈ ਉਸ ਨੰਬਰ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਪਰਫੈਕਟ ਸਕੁਅਰ ਨੰਬਰ ਜਾਂ ਪੂਰਨ ਵਰਗ ਸੰਖਿਆ ਕੋਈ ਵੀ ਆਪਣੇ ਕੋਲ ਸੰਖਿਆ ਹੈ ਉਸ ਸੰਖਿਆ ਨੂੰ ਉਸ ਸੰਖਿਆ ਦੀ ਆਪਾਂ ਘਾਤ 2 ਕਰ ਦਿੱਤੀ ਇਸ ਦਾ ਮਤਲਬ ਕੀ ਹੁੰਦਾ ਹੈ ਕਿ ਸੰਖਿਆ ਨੂੰ ਸੰਖਿਆ ਦੇ ਨਾਲ ਆਪਾਂ ਗੁਣਾ ਕਰ ਦਿੱਤਾ ਤੇ ਜਿਹੜੀ ਨਵੀਂ ਸੰਖਿਆ ਆਪਣੇ ਕੋਲ ਆਏਗੀ ਉਸ ਸੰਖਿਆ ਨੂੰ ਆਪਾਂ ਕੀ ਕਹਿ ਦੇਣਾ ਹੈ ਪੂਰਨ ਵਰਗ ਸੰਖਿਆ ਹੁਣ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ ਜਿਸ ਤਰ੍ਹਾਂ ਮੈਂ ਲਿਖਣਾ 9 ਦਾ ਵਰਗ 9 ਸਕੁਅਰ ਇਸ ਦਾ ਮਤਲਬ ਕੀ ਹੁੰਦਾ ਹੈ 9 ਨੂੰ 9 ਦੇ ਨਾਲ ਮਲਟੀਪਲਾਈ ਕਰਨਾ ਤੇ 9 ਨੂੰ 9 ਦੇ ਨਾਲ ਜਦੋਂ ਆਪਾਂ ਮਲਟੀਪਲਾਈ ਕਰਾਂਗੇ 9 ਨੂੰ 9 ਨਾਲ ਇਹ ਆ ਜਾਏਗਾ 81 ਇਹਦਾ ਮਤਲਬ ਜਿਹੜਾ ਇਹ 81 ਹੈ ਇਹ ਕੀ ਹੈ ਇੱਕ ਪਰਫੈਕਟ ਸਕੁਅਰ ਨੰਬਰ ਹੈ ਜਾਂ ਜਿਹੜਾ 81 ਹੈ ਉਹ ਕੀ ਹੈ ਇੱਕ ਪੂਰਨ ਵਰਗ ਸੰਖਿਆ ਹੈ ਤੇ ਇਸ ਕੁਐਸਚਨ ਨੂੰ ਸਮਝਣ ਲਈ ਪਹਿਲਾਂ ਤੁਹਾਨੂੰ ਪੂਰਨ ਵਰਗ ਸੰਖਿਆ ਦੇ ਬਾਰੇ ਪਤਾ ਹੋਣਾ ਚਾਹੀਦਾ ਸੀ ਕਿ ਪੂਰਨ ਵਰਗ ਸੰਖਿਆ ਜਾਂ ਪਰਫੈਕਟ ਸਕੁਅਰ ਨੰਬਰ ਕੀ ਹੁੰਦੇ ਹਨ ਤੇ ਹੁਣ ਆਪਾਂ ਕੀ ਕੀਤਾ ਹੈ ਇੱਥੇ ਮੈਂ ਪਹਿਲੇ 10 ਨੰਬਰਸ ਦੇ ਪਰਫੈਕਟ ਸਕੁਅਰ ਨੰਬਰ ਲਿਖੇ ਹੋਏ ਹਨ ਪਹਿਲੇ 10 ਨੰਬਰ ਦੀ ਸਕੁਅਰਸ ਲਿਖੇ ਹੋਏ ਹਨ ਇਹ ਜੋ ਨੰਬਰ ਹਨ 1, 4, 9, 16, 25, 36, 49, 54, 64, 100 1, 4, 9, 16, 25, 36, 49, 64, 81, and 100 ਇਹ ਸਾਰੇ ਦੇ ਸਾਰੇ ਨੰਬਰਸ ਕੀ ਹਨ ਆਪਣੇ ਕੋਲ ਪਰਫੈਕਟ ਸਕੁਅਰ ਨੰਬਰ ਹਨ ਪੂਰਨ ਵਰਗ ਸੰਖਿਆਵਾਂ ਹਨ ਕਿਉਂ ਕਿਉਂਕਿ ਕਿਸੇ ਨੰਬਰ ਨੂੰ ਆਪਾਂ ਸਕੁਅਰ ਕੀਤਾ ਹੈ ਤਾਂ ਹੀ ਆਪਣੇ ਕੋਲ ਇਹ ਨੰਬਰ ਆਏ ਹਨ ਧਿਆਨ ਨਾਲ ਦੇਖੋ 5 ਦਾ ਸਕੁਅਰ ਕਰਾਂਗੇ 25 ਆ ਜਾਏਗਾ 6 ਦਾ ਸਕੁਅਰ ਕਰਾਂਗੇ 36 ਆ ਜਾਏਗਾ 7 ਦਾ ਵਰਗ ਸਕੁਅਰ ਜਾਂ ਵਰਗ ਇੱਕ ਗੱਲ ਹੈ 7 ਦਾ ਵਰਗ ਕਰਾਂਗੇ ਜਾਂ 7 ਦਾ ਸਕੁਅਰ ਕਰਾਂਗੇ 7 ਨੂੰ 7 ਦੇ ਨਾਲ ਗੁਣਾ ਕਰਾਂਗੇ ਤੇ 49 ਐਂਡ ਸੋ ਆਨ ਤੇ ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਜੋ ਨੰਬਰ ਹਨ ਇਹ ਸਾਰੇ ਦੇ ਸਾਰੇ ਨੰਬਰ ਜਿਹੜੇ ਇੱਧਰ ਆਪਣੇ ਕੋਲ ਆਏ ਹਨ ਇਹ ਕਿਹੜੇ ਹਨ ਪੂਰਨ ਵਰਗ ਸੰਖਿਆਵਾਂ ਹਨ ਪਰਫੈਕਟ ਸਕੁਅਰ ਨੰਬਰ ਹਨ ਤੇ ਹੁਣ ਆਪਾਂ ਕੀ ਕਰਨਾ ਹੈ ਯੂਨਿਟ ਡਿਜਿਟ ਆਫ ਪਰਫੈਕਟ ਸਕੁਅਰ ਨੰਬਰ ਇਹਨਾਂ ਵਿੱਚ ਆਪਾਂ ਕੀ ਕਰਨਾ ਹੈ ਜਿਹੜੇ ਯੂਨਿਟ ਜਾਂ ਉਸਨੂੰ ਆਪਾਂ ਕਹਿ ਦਿੰਦੇ ਹਨ ਇਕਾਈ ਅੰਕ ਯੂਨਿਟ ਡਿਜਿਟ ਨੂੰ ਕੀ ਕਿਹਾ ਜਾਂਦਾ ਹੈ ਇਕਾਈ ਅੰਕ ਇਹਨਾਂ ਸਾਰੀਆਂ ਸੰਖਿਆਵਾਂ ਦਾ ਆਪਾਂ ਕੀ ਕਰਨਾ ਹੈ ਇਕਾਈ ਅੰਕ ਦੇਖਣਾ ਹੈ ਕਿਹੜਾ ਹੈ ਧਿਆਨ ਨਾਲ ਦੇਖੋ ਇੱਥੇ ਸ਼ੁਰੂ ਕਰਦੇ ਹਨ ਇੱਥੇ ਇਕਾਈ ਅੰਕ ਕਿਹੜਾ ਹੈ 1 ਇੱਥੇ ਇਕਾਈ ਅੰਕ ਕਿਹੜਾ ਹੈ 4 ਇੱਥੇ ਇਕਾਈ ਅੰਕ ਹੈ 9 ਇਹ ਇਕਾਈ ਅੰਕ ਹੁੰਦਾ ਹੈ ਇਹ ਦਹਾਈ ਮਤਲਬ ਇਹ ਵੰਸ ਯੂਨਿਟ ਪਲੇਸ ਐਂਡ ਟੈਂਸ ਪਲੇਸ ਆਪਾਂ ਸਾਰਿਆਂ ਦਾ ਕਿਹੜਾ ਦੇਖਣਾ ਹੈ ਯੂਨਿਟ ਪਲੇਸ ਜਾਂ ਉਸਨੂੰ ਇੰਗਲਿਸ਼ ਵਿੱਚ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਵੰਸ ਡਿਜਿਟ ਯੂਨਿਟ ਦੀ ਜਗ੍ਹਾ ਵੰਸ ਵੀ ਲਿਖ ਸਕਦੇ ਹਾਂ ਹੁਣ ਇਸ ਦਾ ਯੂਨਿਟ ਡਿਜਿਟ ਜਾਂ ਇਕਾਈ ਅੰਕ ਕਿਹੜਾ ਹੈ ਆਪਣੇ ਕੋਲ 6 ਹੈ ਜੀ ਇਸ ਦੇ ਵਿੱਚ ਇਕਾਈ ਅੰਕ ਕਿਹੜਾ ਹੈ 5 ਇਸ ਦੇ ਵਿੱਚ ਇਕਾਈ ਅੰਕ 6 ਆਪਾਂ ਪਹਿਲਾਂ ਲਿਖ ਲਿਆ ਹੈ ਇਸ ਦੇ ਵਿੱਚ ਇਕਾਈ ਅੰਕ 9 ਵੀ ਆਪਾਂ ਪਹਿਲਾਂ ਲਿਖ ਲਿਆ ਹੋਇਆ ਹੈ ਫਿਰ ਆਪਾਂ 4 ਵੀ ਪਹਿਲਾਂ ਲਿਖਿਆ ਹੋਇਆ 1 ਵੀ ਪਹਿਲਾਂ ਲਿਖਿਆ ਹੋਇਆ ਇਸ ਦਾ ਇਕਾਈ ਅੰਕ ਆਪਣੇ ਕੋਲ 0 ਹੈ ਇਟ ਮੀਨ ਹੁਣ ਜਿੰਨੇ ਵੀ ਨੰਬਰਸ ਦਾ ਆਪਾਂ ਸਕੁਅਰ ਕਰਾਂਗੇ ਉਹਨਾਂ ਦਾ ਜਿਹੜਾ ਇਕਾਈ ਅੰਕ ਹੈ ਜਾਂ ਯੂਨਿਟ ਡਿਜਿਟ ਹੈ ਉਹ ਹਮੇਸ਼ਾ ਕੀ ਆ ਸਕਦਾ ਜਾਂ ਤਾਂ 1, 4, 9, 6, 5, 0 ਹੁਣ ਇਹਨਾਂ ਵਿੱਚ ਦੇਖੋ ਕਿਹੜੇ ਨੰਬਰ ਮਿਸਿੰਗ ਹਨ 1 ਤੋਂ ਬਾਅਦ 2 ਨਹੀਂ ਹੈ 3 ਵੀ ਇਹਨਾਂ ਵਿੱਚ ਨੰਬਰ ਨਹੀਂ ਹੈ 4 ਹੈ 5 ਹੈ 6 ਹੈ 7 ਮਿਸਿੰਗ ਹੈ 8 ਵੀ ਇਹਦੇ ਵਿੱਚ ਨਹੀਂ ਹੈ 9 ਹੈ ਤੇ 0 ਆਪਣੇ ਕੋਲ ਹੈ ਹੁਣ ਇਹ ਜੋ ਨੰਬਰ ਹਨ ਇਹ ਨੰਬਰ ਜੇਕਰ ਕਿਸੇ ਨੰਬਰ ਦੇ ਲਾਸਟ ਵਿੱਚ ਇਹ ਨੰਬਰ ਆ ਜਾਣ 2, 3, 7 ਤੇ 8 2, 3, 7 and 8 ਇਸ ਦਾ ਮਤਲਬ ਉਹ ਜੋ ਨੰਬਰਸ ਹਨ ਉਹ ਆਪਣੇ ਕੋਲ ਪਰਫੈਕਟ ਸਕੁਅਰ ਨੰਬਰ ਜਾਂ ਪੂਰਨ ਵਰਗ ਸੰਖਿਆਵਾਂ ਨਹੀਂ ਹੋ ਸਕਦੀਆਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਾਂਗੇ ਦੱਸੋ ਬੇਟਾ ਇਹ ਵਾਲਾ ਜੋ ਨੰਬਰ ਹੈ 82
कि ये अपने को पूर्ण वर्ग संख्या है जां परफेक्ट स्क्वायर नंबर है जां नहीं है, ते आपा जस्ट की चेक करना है इस दा यूनिट डिजिट, इकाई वाला अंक चेक करना है। जेकर इकाई वाला अंक इन्हां विचों है तां ओ पूर्ण वर्ग संख्या हो सकती है, जेकर इकाई वाला अंक आ जावे 2, 3, 7 जां 8 ते इट मीन इकाई वाला अंक चेक करना है बस। ते जेकर इकाई वाला अंक 2, 3, 7 जां 8 विचों है ते इसका मतलब है ओ पूर्ण वर्ग संख्यावां जां परफेक्ट स्क्वायर नंबर नहीं हो सकते हैं। ते इसे टॉपिक नूं इसे कंसेप्ट नूं यूज करके जो अज दा क्वेश्चन आपां सॉल्व करांगे। ते आओ हुण क्वेश्चन नूं सॉल्व करदे हां जी। सुरा क्वेश्चन नूं स्टार्ट करदे हां जी। फर्स्ट पार्ट दे विच देखो अपने को की है, जो नंबर है वो संख्या कितनी दित्ती हुई है 153। ते आपां की लिखना है इसका यूनिट डिजिट दा इकाई अंक, इसका इकाई अंक कहड़ा है ध्यान नाल देखो 3। ते जेकर इकाई अंक अपने को हो जावे 2, 3, 7 जां 8 ते वह अपने को परफेक्ट स्क्वेयर नंबर नहीं हो सकता, पूर्ण वर्ग संख्या नहीं हो सकती। इट मीन इतने जो अपने को 3 आ गया है, इट मीन जो 153 है 153 कैन नॉट बी ए परफेक्ट स्क्वेयर नंबर, जां जो 153 है पूर्ण वर्ग संख्या नहीं हो सकती। ते आओ हुण इसका नेक्स्ट पार्ट देखते हैं जी। फिर सैकेंड विच अपने को जो नंबर है वह है 257। तो इस दे विच जो अपने को यूनिट इकाई अंक केड़ा है या यूनिट डिजिट केड़ा है 7। ते जेकर अपने को यूनिट डिजिट 7 आ जावे या इकाई अंक 7 आ जावे 7 आ जावे तां भी वो अपने को परफेक्ट स्क्वेयर नंबर नहीं हो सकता। इसका मतलब जो 257 है कैन नॉट बी ए परफेक्ट स्क्वेयर नंबर, जां 257 पूर्ण वर्ग संख्या नहीं हो सकती। स्टूडेंट नेक्स्ट पार्ट आपने कहा जी 408। ते इसका भी अपने को यूनिट डिजिट जां इकाई अंक केड़ा है 8। ते जेकर अपने को यूनिट डिजिट किसी भी नंबर दा 8 हो जावे तां ओ भी नंबर जो है वो परफेक्ट स्क्वेयर नंबर नहीं हो सकता। इट मीन जो 408 है ये भी अपने को पूर्ण वर्ग संख्या नहीं है जां परफेक्ट स्क्वेयर नंबर नहीं हो सकता। सुन इसका लास्ट पार्ट अपने को है नंबर 441, फोर्थ पार्ट है 441। ते इसका अपने को इकाई अंक या यूनिट डिजिट केड़ा है 1। ते जेकर अपने को इकाई अंक 1 हो जावे, 1 हो गए, 0 हो गए, 4, 5, 6 जां 9 हो गए तां वह जो नंबर है वह अपने को परफेक्ट स्क्वेयर नंबर हो सकता है। इट मीन ये जरा 441 है, 441 कैन बी ए परफेक्ट स्क्वेयर नंबर, ए परफेक्ट स्क्वेयर नंबर हो सकता है। इतों आप नोट कर देता है जी। इसी तरह जो 441 है पूर्ण वर्ग संख्या हो सकती है। ते होप स्टूडेंट तुहानू इह क्वेश्चन अच्छी तरह समझ लग गया होगा। मैं काफ़ी ईजी वे नाल करवाउण की कोशिश की है। जेकर वीडियो तुहानू अच्छी लगी तो इसमें लाइक और शेयर जरूर कर देना, मेरे चैनल में सबसक्राइब जरूर कर देना, बैल आइकन भी जरूर प्रेस कर देना ताजो मेरी नैक्सट वीडियो की नोटिफिकेशन तुहानू मिल सके। धन्यवाद।